ਕਬੀਰ ਸਾਧੂ ਉਹਨੂੰ ਕਹਿੰਦੇ ਆ ਜੋ ਸੱਚਮੁੱਚ ਹੀ ਸਿੱਧਾ ਸਾਦਾ ਹੈ ਗਿਆਨੀ ਹੋ ਗਏ ਨਿਰਵਾਣ ਨੂੰ ਪਾ ਲਿਆ ਪਰਮ ਸੁਖ ਦਾ ਅਨੁਭਵ ਹੋ ਗਿਆ ਤਾਂ ਵੀ ਕੱਪੜਾ ਬੁਣਨਾ ਜਾਰੀ ਰੱਖਿਆ ਲੋਕਾਂ ਨੇ ਪੁੱਛਿਆ ਵੀ ਕਬੀਰ ਨੂੰ ਸੈਂਕੜੇ ਉਹਨਾਂ ਦੇ ਭਗਤ ਸੀ ਉਹਨਾਂ ਨੇ ਕਿਹਾ ਵੀ ਕਿ ਹੁਣੇ ਸ਼ੋਭਾ ਨਹੀਂ ਦਿੰਦਾ ਕਿ ਤੁਹਾਡੇ ਵਰਗਾ ਪਰਮ ਗਿਆਨੀ ਕੱਪੜੇ ਬੁਣੇ ਦਿਨ ਭਰ ਤੇ ਬਾਜ਼ਾਰ 'ਚ ਵੇਚਣ ਜਾਏ ਸਾਨੂੰ ਵੀ ਸ਼ਰਮ ਆਉਂਦੀ ਹੈ ਕਬੀਰ ਨੇ ਕਿਹਾ ਜਦ ਪਰਮਾਤਮਾ ਇੰਨਾ ਤਾਣਾ ਬਾਣਾ ਬੁਣਦਾ ਹੈ ਸੰਸਾਰ ਦਾ ਤੇ ਸ਼ਰਮਿੰਦਾ ਨਹੀਂ ਹੁੰਦਾ ਤਾਂ ਮੈਂ ਗਰੀਬ ਛੋਟਾ ਜਿਹਾ ਇਹ ਕੰਮ ਕਰਦਾ ਕਿਉਂ ਸ਼ਰਮਿੰਦਾ ਹੋਵਾਂ ਜਦ ਪਰਮਾਤਮਾ ਇੰਨਾ ਵੱਡਾ ਸੰਸਾਰ ਬੁਣਦਾ ਜੁਲਾਹਾਈ ਹੈ ਪਰਮਾਤਮਾ ਮੈਂ ਵੀ ਜੁਲਾਹਾ ਮੈਂ ਜ਼ਰਾ ਛੋਟਾ ਜੁਲਾਹਾ ਤੇ ਜਦੋਂ ਛੱਡ ਕੇ ਨਹੀਂ ਭੱਜ ਗਿਆ ਮੈਂ ਕਿਉਂ ਭੱਜਾਂ ਮੈਂ ਉਸਤੇ ਹੀ ਛੱਡ ਦਿੱਤਾ ਜੋ ਦੀ ਮਰਜ਼ੀ ਅਜੇ ਉਹਦਾ ਹੁਕਮ ਨਹੀਂ ਮਿਲਿਆ ਕਿ ਬੰਦ ਕਰ ਦੇ ਉਹ ਜ਼ਿੰਦਗੀ ਦੇ ਅਖੀਰ ਤੱਕ ਬੁੱਢੇ ਹੋ ਗਏ ਤਾਂ ਵੀ ਬਾਜ਼ਾਰ ਕੱਪੜਾ ਵੇਚਣ ਜਾਂਦੇ ਰਹੇ ਪਰ ਉਹਨਾਂ ਦੇ ਵੇਚਣ 'ਚ ਬੜਾ ਰਹਾਸ ਸੀ ਸਾਧੂਪੁਣਾ ਸੀ ਕੱਪੜਾ ਬੁੰਦੇ ਸਨ ਤਾਂ ਉਹ ਬੁੰਦੇ ਸਮੇਂ ਵੀ RAM ਦੀ ਧੁਨ ਕਰਦੇ ਰਹਿੰਦੇ ਇਧਰੋਂ ਤਾਣਾ ਉਧਰੋਂ ਬਾਣਾ ਪਾਉਂਦੇ ਤਾਂ RAM ਦੀ ਧੁਨ ਕਰਦੇ ਰਹਿੰਦੇ ਤੇ ਕਬੀਰ ਵਰਗੇ ਵਿਅਕਤੀ ਜਦ ਕੱਪੜੇ ਦੇ ਤਾਣੇ ਬਾਣੇ 'ਚ RAM ਦੀ ਧੁੰਨ ਕਰਨ ਤਾਂ ਉਸ ਕੱਪੜੇ ਦਾ ਸਰੂਪ ਹੀ ਬਦਲ ਗਿਆ। ਉਸ ਜਿਵੇਂ ਉਹਨੇ RAM ਹੀ ਬੁਣ ਦਿੱਤਾ। ਇਸ ਲਈ ਕਬੀਰ ਕਹਿੰਦੇ ਹਨ, "ਚੀਨੀ ਚੀਨੀ ਬੀਨੀ ਰਿੱਚ ਦਰਿਆ" ਤੇ ਕਹਿੰਦੇ ਹਨ, "ਬੜੇ ਲਗਨ ਨਾਲ ਤੇ ਬੜੇ ਪ੍ਰੇਮ ਨਾਲ ਬਣੀ ਐ।" ਜਦ ਜਾਂਦੇ ਬਾਜ਼ਾਰ 'ਚ ਤਾਂ ਗਾਕਾਂ ਨੂੰ ਉਹ ਕਹਿੰਦੇ ਕਿ RAM ਤੁਹਾਡੇ ਲਈ ਹੀ ਬਣੀ ਐ ਤੇ ਬਹੁਤ ਸੰਭਾਲ ਕੇ ਬਣੀ ਐ। ਉਹਨਾਂ ਨੇ ਕਦੇ ਕਿਸੇ ਗਾਖ ਨੂੰ RAM ਦੇ ਸਿਵਾਏ ਹੋਰ ਕੋਈ ਦੂਜਾ ਸੰਬੋਧਨ ਨਹੀਂ ਕੀਤਾ। ਇਹ ਗਾਖ RAM ਹਨ। ਇਸੇ RAM ਦੇ ਲਈ ਬੁਣੀ ਹੈ। ਇਹ ਗਾਖ ਗਾਖ ਨਹੀਂ ਹਨ। ਕਬੀਰ ਕੋਈ ਵਪਾਰੀ ਨਹੀਂ ਹਨ। ਕਬੀਰ ਵਣਜ ਕਰਦੇ ਰਹੇ ਤੇ ਸਾਦੇ ਹੋ ਗਏ। ਉਹਨਾਂ ਨੇ ਸادਗੀ ਨੂੰ ਵੱਖਰੇ ਤੌਰ ਤੇ ਨਹੀਂ ਮਾਪਿਆ। ਵੱਖਰੇ ਤੌਰ ਤੇ ਮਾਪੋਗੇ ਤਾਂ ਜਟਿਲ ਹੋ ਜਾਏਗੀ। ਸਾਦਗੀ ਸਿੱਧੀ ਸਾਦਗੀ ਸਾਦੀ ਨਹੀਂ ਜਾ ਸਕਦੀ ਸਮਝ ਸਾਦਗੀ ਬਣ ਜਾਂਦੀ ਕਬੀਰ ਨੇ ਆਪਣੇ ਆਪ ਨੂੰ ਇਨਾ ਇਨਾ ਮਰਜ਼ੀ ਤੇ ਛੱਡ ਦਿੱਤਾ ਪ੍ਰਮਾਤਮਾ ਦੀ ਕਿ ਸਵੇਰੇ ਲੋਕ ਭਜਨ ਦੇ ਲਈ ਕੱਤਰ ਹੋ ਜਾਂਦੇ ਕਬੀਰ ਉਹਨਾਂ ਨੂੰ ਕਹਿੰਦੇ ਐਵੇਂ ਹੀ ਨਾ ਚਲੇ ਜਾਣਾ ਖਾਣਾ ਖਾ ਕੇ ਜਾਣਾ ਪਤਨੀ ਬੜੀ ਪਰੇਸ਼ਾਨ ਕਿ ਕਿੱਥੋਂ ਇਨਾ ਇੰਤਜ਼ਾਮ ਕਰੀਏ ਉਧਾਰ ਵੱਧਦਾ ਜਾਂਦਾ ਹੈ ਕਰਜ਼ੇ ਨਾਲ ਦੱਬੇ ਜਾਂਦੇ ਰੋਜ਼ ਰਾਤ ਨੂੰ ਕਬੀਰ ਦਾ ਲੜਕਾ ਕਮਾਲ ਉਹਨਾਂ ਨੂੰ ਆਖਦਾ ਹੈ ਕਿ ਹੁਣ ਬੱਸ ਹੋ ਗਿਆ ਹੁਣ ਕੱਲ ਕਿਸੇ ਨੂੰ ਨਹੀਂ ਕਹਿਣਾ ਕਬੀਰ ਕਹਿੰਦੇ ਜਦ ਤੱਕ ਉਹ ਅਖਵਾਉਂਦਾ ਤਦ ਤੱਕ ਅਸੀਂ ਕੀ ਕਰੀਏ ਤੇਰੀ ਸੁਣੀਏ ਕਿ ਉਹਦੀ ਸੁਣੀਏ ਜਿਸ ਦਿਨ ਉਹ ਬੰਦ ਕਰ ਦੇਗਾ ਕਹਿਣ ਵਾਲਾ ਕੌਣ ਅਸੀਂ ਆਪਣੀ ਤਰਫ ਤੋਂ ਕੁਝ ਕਰਦੇ ਨਹੀਂ ਤੇ ਤੂੰ ਕਿਉਂ ਪਰੇਸ਼ਾਨ ਹੈ ਜਦੋਂ ਇਹਨਾਂ ਇੰਤਜ਼ਾਮ ਕਰਦਾ ਹੈ ਇਹ ਵੀ ਕਰੇਗਾ ਪਰ ਆਖਰੀ ਸਮਾਂ ਆ ਗਿਆ ਇੱਕ ਦਿਨ ਕਮਾਲ ਨੇ ਕਿਹਾ ਕਿ ਬਸ ਹੁਣ ਬਹੁਤ ਹੋ ਗਿਆ ਕਿ ਅਸੀਂ ਚੋਰੀ ਕਰਨ ਲੱਗੀ ਹੈ ਉਹਨੇ ਗੁੱਸੇ ਚ ਕਿਹਾ ਸੀ ਕਬੀਰ ਨੇ ਕਿਹਾ ਹੋਏ ਪਾਗਲਾ ਇਹ ਤੈਨੂੰ ਪਹਿਲਾਂ ਕਿਉਂ ਨਹੀਂ ਸੁਝਿਆ ਕਮਾਲ ਨੇ ਸੋਚਿਆ ਕਿ ਕਬੀਰ ਸਮਝੇ ਨਹੀਂ ਮਤਲਬ ਕੀ ਹੈ ਤਾਂ ਦੁਬਾਰਾ ਕਿਹਾ ਕਿ ਕੀ ਸਮਝੇ ਮੈਂ ਕਹਿ ਰਿਹਾ ਕਿ ਅਸੀਂ ਚੋਰੀ ਕਰਨ ਲੱਗੀ ਹੈ ਕਿੱਥੋਂ ਲਿਆਈਏ ਕਬੀਰ ਨੇ ਕਿਹਾ ਸਭ ਕੁਝ ਹੋਦਾ ਹੈ ਕੀ ਚੋਰੀ ਕੀ ਬੇਚੋਰੀ ਜੋ ਉਹਦੀ ਮਰਜ਼ੀ ਹੈ ਖਿਆਲ ਪਹਿਲਾਂ ਕਿਉਂ ਨਹੀਂ ਆਇਆ ਕਮਾਲ ਵੀ ਅਨੋਖਾ ਲੜਕਾ ਸੀ ਉਹਨੇ ਕਿਹਾ ਅੱਜ ਪ੍ਰੀਖਿਆ ਪੂਰੀ ਹੋ ਹੀ ਜਾਣੀ ਹੋ ਹੀ ਜਾਏਗੀ ਉਹਨੇ ਕਿਹਾ ਫਿਰ ਮੈਂ ਜਾਣਾ ਚੋਰੀ ਕਰਨ ਨਾਲ ਤੁਹਾਨੂੰ ਵੀ ਜਾਣਾ ਪਏਗਾ ਕਬੀਰ ਉੱਠ ਕੇ ਖੜੇ ਹੋ ਗਏ ਸਮਝਣਾ ਸਾਨੂੰ ਔਖਾ ਹੋ ਜਾਏਗਾ ਕਿਉਂਕਿ ਅਸੀਂ ਸਿੱਧੇ ਬੰਦੇ ਨੂੰ ਜਾਣਦੇ ਹੀ ਨਹੀਂ ਸਾਡਾ ਸਾਧੂ ਕਹਿੰਦਾ ਚੋਰੀ ਪਾਪ ਹੈ ਬੇਚੋਰੀ ਪੁੰਨ ਹੈ ਸਾਡਾ ਸਾਧੂ ਕਹਿੰਦਾ ਬੇਸਮਝਾ ਤੂੰ ਆਪ ਤਾਂ ਨਰਕਾ ਨੂੰ ਜਾ ਰਿਹਾ ਹੈ ਤੇ ਮੈਨੂੰ ਵੀ ਲਿਜਾਣਾ ਚਾਹੁੰਦਾ ਪਰ ਕਬੀਰ ਉੱਠ ਕੇ ਖੜੇ ਹੋ ਗਏ ਇਹ ਸਾਦਗੀ ਬੜੀ ਪਿਆਰੀ ਹੈ ਜਿਵੇਂ ਕੋਈ ਫਰਕ ਹੀ ਨਾ ਹੋਵੇ ਨਾ ਚੋਰੀ 'ਚ ਨਾ ਬੇਚੋਰੀ 'ਚ ਨਾ ਸ਼ੁਭ ਚ ਨਾ ਸ਼ੁਭ ਚ ਕਿਉਂਕਿ ਸਭ ਕੁਝ ਪਰਮਾਤਮਾ ਦਾ ਹੈ ਤਾਂ ਫਰਕ ਕੀਆ ਫਰਕ ਤਾਂ ਚਲਾਕ ਬੁੱਧੀ ਦਾ ਹੁੰਦਾ ਹੈ ਸਾਦਗੀ ਚ ਕਿਹਾ ਫਰਕ ਉੱਠ ਕੇ ਖੜੇ ਹੋ ਗਏ ਕਬੀਰ ਨੂੰ ਅੰਦਰੋਂ ਸਮਝਣਾ ਬੜਾ ਔਖਾ ਹੋਏਗਾ ਤੁਹਾਨੂੰ ਕਿਉਂਕਿ ਤੁਹਾਡੇ ਮਨ ਚ ਵੀ ਫਰਕ ਹੈ ਤੁਸੀਂ ਵੀ ਸੋਚੋਗੇ ਕਿ ਇਹ ਕੀ ਮਾਮਲਾ ਹੈ ਕਿ ਕਬੀਰ ਚੋਰੀ ਦੇ ਪੱਖ ਅੱਛੇ ਹਨ ਕਮਾਲ ਵੀ ਚੀਜ਼ ਕੀਆ ਕਬੀਰ ਉੱਠ ਕੇ ਖੜੇ ਹੋ ਗਏ ਉਹਨੇ ਸੋਚਿਆ ਕਿ ਇਹ ਵੀ ਮਜ਼ਾਕ ਹੀ ਸੀ ਪਰ ਕਮਾਲ ਆਖਰ ਕਬੀਰ ਦਾ ਹੀ ਲੜਕਾ ਸੀ ਤੇ ਹੁਣ ਗੱਲ ਨੂੰ ਪੂਰੀ ਕਰਨਾ ਚਾਹੁੰਦਾ ਸੀ ਗਿਆ ਇੱਕ ਮਕਾਨ ਚ ਸਨ ਲਾਈ ਕਬੀਰ ਬਾਹਰ ਖੜੇ ਸਨ ਸਨ ਲਾ ਕੇ ਅੰਦਰ ਗਿਆ ਇੱਕ ਬੋਰੀ ਕਣਕ ਦੀ ਖਿੱਚ ਲਿਆਇਆ ਕਿਸੇ ਤਰ੍ਹਾਂ ਬੋਰੀ ਤਾਂ ਬਾਹਰ ਨਿਕਲ ਆਈ ਜਦੋਂ ਆਪ ਬਾਹਰ ਨਿਕਲ ਰਿਹਾ ਸੀ ਤਾਂ ਘਰ ਦੇ ਲੋਕ ਜਾਗ ਪਏ ਜਾਗੇ ਇਸ ਲਈ ਪਏ ਕਿ ਕਬੀਰ ਨੇ ਉੱਚੀ ਆਵਾਜ਼ ਚ ਪੁੱਛਿਆ ਕੀ ਓਏ ਪਾਗਲਾ ਘਰ ਦੇ ਲੋਕਾਂ ਤੋਂ ਪੁੱਛ ਲਿਆ ਕਿ ਨਹੀਂ ਚੋਰੀ ਹੋ ਤਾਂ ਠੀਕ ਪਰ ਘਰ ਦੇ ਲੋਕਾਂ ਨੂੰ ਦੱਸਿਆ ਜਾਂ ਨਹੀਂ ਥੋੜਾ ਰੋਲਾ ਰੱਪਾ ਪਾ ਦੇ ਤਾਂ ਜੋ ਲੋਕ ਜਾਗ ਜਾਣ ਕਿ ਚੋਰੀ ਹੋ ਗਈ ਹੈ ਇੱਕ ਸਿੱਧਾ ਸਾਦਾ ਬੰਦਾ ਜਿਹਦੇ ਲਈ ਫਰਕ ਗਵਾਚ ਗਏ ਹਨ ਇਹ ਆਵਾਜ਼ ਸੁਣ ਕੇ ਗੱਲਬਾਤ ਸੁਣ ਕੇ ਘਰ ਦੇ ਲੋਕ ਜਾਗ ਪਏ ਤੇ ਜਦ ਕਮਾਲ ਨਿਕਲ ਰਿਹਾ ਸੀ ਕੰਧ ਦੇ ਪਾੜ ਵਿੱਚੋਂ ਤਾਂ ਕਿਸੇ ਨੇ ਉਹਦੇ ਪੈਰ ਪਿੱਛੇ ਧੁੱਫੜ ਲਏ ਕਮਾਲ ਨੇ ਕਿਹਾ ਹੁਣ ਕੀ ਕੀਤਾ ਜਾਏ ਕਟੋ-ਕਟ ਇੰਨਾ ਹੀ ਕਰੋ ਕਿ ਮੇਰੀ ਗਰਦਨ ਕੱਟ ਕੇ ਲੈ ਜਾਓ ਤਾਂ ਜੋ ਕਟੋ-ਕਟ ਬਦਨਾਮੀ ਤਾਂ ਨਾ ਹੋਵੇ ਕਬੀਰ ਨੇ ਕਿਹਾ ਇਹ ਵੀ ਠੀਕ ਹੈ ਬਿਲਕੁਲ ਠੀਕ ਸੁਝਾ ਦਿੱਤਾ ਸਮੇਂ ਸਿਰ ਤੂੰ ਵੀ ਸੂਝ ਦੇ ਦਿੱਤੀ ਤੇ ਕਹਾਣੀ ਹੈ ਕਿ ਕਬੀਰ ਗਰਦਨ ਕੱਟਣ ਤੋਂ ਪਹਿਲਾਂ ਕਮਾਲ ਨੂੰ ਬੋਲੇ ਗਰਦਨ ਤਾਂ ਕੱਟ ਕੇ ਲੈ ਜਾਣਾ ਪਰ ਗੱਲ ਛੁਪਾਇਆ ਛੁਪੇਗੀ ਨਹੀਂ ਉਹਨੂੰ ਸਭ ਪਤਾ ਹੈ ਪਰ ਤੂੰ ਕਹਿਣਾ ਤਾਂ ਕੱਟ ਕੇ ਲੈ ਜਾਣਾ ਸਾਨੂੰ ਲੱਗੇਗਾ ਇਹ ਬੰਦਾ ਚੋਰ ਵੀ ਹੈ ਪਰ ਕਬੀਰ ਜਾਣਦੇ ਆ ਕਿ ਕਰਦਾ ਤਾਂ ਕੁਝ ਵੀ ਨਹੀਂ ਹੈ ਜੇ ਤੁਹਾਡਾ ਕੋਟ ਖਿੱਚ ਕੇ ਮੈਂ ਵੱਖ ਕਰ ਦੇਵਾਂ ਤਾਂ ਮੈਂ ਹਿੰਸਕ ਨਹੀਂ ਹਾਂ ਤਾਂ ਤੁਹਾਡੀ ਗਰਦਨ ਕੱਟ ਕੇ ਵੱਖ ਕਰਨ ਨਾਲ ਕਿਵੇਂ ਹਿੰਸਕ ਹੋ ਜਾਵਾਂਗਾ ਜੇਕਰ ਸੱਟ ਮੁੱਚੀ ਸਰੀਰ ਕੱਪੜਾ ਹੈ ਤਾਂ ਕਬੀਰ ਹਿੰਸਕ ਨਹੀਂ ਹੈ ਇੱਥੇ ਹੀ ਤਾਂ ਕ੍ਰਿਸ਼ਨ ਅਰਜਨ ਨੂੰ ਸਮਝਾ ਰਹੇ ਹੈ ਗੀਤਾ ਵਿੱਚ ਕਿ ਤੂੰ ਫਿਕਰ ਨਾ ਕਰ ਨਾ ਹਨਯੰਤੇ ਹਨਯਮਾਨੇ ਸਰੀਰੇ ਉਹ ਮਰਨ ਨਾਲ ਮਿੱਟਦਾ ਨਹੀਂ ਕੱਟਣ ਨਾਲ ਕੱਟੀਂਦਾ ਨਹੀਂ ਸੜਨ ਸੜਨ ਨਾਲ ਸੜਦਾ ਨਹੀਂ ਕਬੀਰ ਤਾਂ ਉਹੀ ਕਰ ਰਿਹਾ ਹੈ ਉਹਨਾਂ ਨੇ ਕੱਟ ਲਿਆ ਕਮਾਲ ਦਾ ਸਿਰ ਪਰ ਉਹਨੂੰ ਕਿਹਾ ਕਿ ਤੂੰ ਕਹਿਣਾ ਤਾਂ ਕੱਟ ਲੈਣਾ ਬਾਕੀ ਗੱਲ ਛੁਪਾਇਆ ਨਹੀਂ ਛੁਪੇਗੀ ਪਤਾ ਲੱਗ ਜਾਏਗਾ ਕਿਉਂਕਿ ਉਹਨੂੰ ਤਾਂ ਸਭ ਦਾ ਪਤਾ ਹੀ ਹੈ ਫਿਰ ਵੀ ਠੀਕ ਹੈ ਜਿਵੇਂ ਉਹਦੀ ਮਰਜ਼ੀ ਘਰ ਦੇ ਲੋਕਾਂ ਨੂੰ ਸ਼ੱਕ ਤਾਂ ਹੋਇਆ ਸਰੀਰ ਦੇਖ ਕੇ ਕਿ ਲੱਗਦਾ ਹੈ ਕਮਾਲ ਦਾ ਪਰ ਬਿਨਾਂ ਗਰਦਨ ਦੇ ਬੜੀ ਅਨੋਖੀ ਕਹਾਣੀ ਹੈ ਉਹਨਾਂ ਨੇ ਅਗਲੇ ਦਿਨ ਸਵੇਰੇ ਜਦ ਕਬੀਰ ਨਿਕਲਦੇ ਸੀ ਨਦੀ ਵੱਲ ਜਾਂਦੇ ਸੀ ਤੇ ਗੀਤ ਗਾਉਂਦੇ ਸੀ ਭਜਨ ਕੀਰਤਨ ਕਰਦੇ ਇਸ਼ਨਾਨ ਕਰਦੇ ਉਹਨਾਂ ਦੇ 100 200 ਭਗਤ ਜਾਂਦੇ ਸੀ ਦਰਵਾਜ਼ੇ ਦੇ ਸਾਹਮਣੇ ਇੱਕ ਖੰਭੇ ਤੇ ਕਮਾਲ ਦਾ ਸਰੀਰ ਲਮਕਾ ਦਿੱਤਾ ਕਿ ਸ਼ਾਇਦ ਕਬੀਰ ਨੂੰ ਵੀ ਆਪਣੇ ਲੜਕੇ ਨੂੰ ਵੇਖ ਕੇ ਚਿਹਰੇ ਤੇ ਕੋਈ ਫਰਕ ਆ ਜਾਏ ਤੇ ਭਗਤਾਂ ਨੂੰ ਤਾਂ ਪਤਾ ਹੀ ਹੋਏਗਾ ਉਹਨਾਂ ਚੋਂ ਕੋਈ ਨਾ ਕੋਈ ਕੁਝ ਨਾ ਕੁਝ ਕਹਿ ਦੇਗਾ ਪਰ ਇਹ ਗੱਲ ਕੁਝ ਹੋ ਰਹੀ ਹੋਗੀ ਜਦ ਕਬੀਰ ਦਾ ਜਲੂਸ ਉੱਥੇ ਪਹੁੰਚਿਆ ਤਾਂ ਕਬੀਰ ਰੁੱਕ ਗਏ ਤੇ ਉਹਨਾਂ ਨੇ ਕਿਹਾ ਦੇਖੋ ਕਮਾਲ ਲਮਕਦਾ ਹੈ ਖੰਬੇ ਉੱਤੇ ਰੋਜ਼ ਵਿਚਾਰਾ ਸ਼ਾਮਲ ਹੁੰਦਾ ਸੀ ਅੱਜ ਸ਼ਾਮਲ ਨਹੀਂ ਹੋ ਸਕੇਗਾ ਪਰ ਅਸੀਂ ਕੀਰਤਨ ਤਾਂ ਉਹਦੇ ਕੋਲ ਕਰੀਏ ਕਹਾਣੀ ਹੈ ਤਾਂ ਉਹਨਾਂ ਨੇ ਕੀਰਤਨ ਕੀਤਾ ਕਮਾਲ ਦੇ ਹੱਥ ਮੁਰਦਾ ਹੱਥ ਤਾੜੀ ਵਜਾਉਣ ਲੱਗੇ ਕੋਈ ਮਰਦਾ ਨਹੀਂ ਮੌਤ ਅਸੰਭਵ ਹੈ ਮੌਤ ਤਾਂ ਤੁਹਾਡੀ માનਤਾ ਹੈ ਤੁਸੀਂ ਮੰਨਿਆ ਇਸ ਲਈ ਤੁਸੀਂ ਮਰਦੇ ਹੋ ਤੁਸੀਂ ਜਾਣਿਆ ਹੀ ਨਹੀਂ ਹੈ ਇਸ ਲਈ ਤੁਸੀਂ ਮਰਦੇ ਹੋ ਜੀਵਨ ਸ਼ਕਤੀ ਚ ਹਰ ਜੀਵਨ ਸ਼ਕਤੀ ਹਰ ਪਾਸੇ ਵਿਆਪੀ ਹੈ ਤੇ ਕਬੀਰ ਨੇ ਕਿਹਾ ਕਮਾਲ ਪਹਿਲਾਂ ਹੀ ਕਿਹਾ ਸੀ ਕਿ ਗੱਲ ਛੁਪਾਇਆ ਛੁਪੇਗੀ ਨਹੀਂ ਚੋਰੀ ਤਾਂ ਠੀਕ ਪਰ ਉਹਨੂੰ ਸਭ ਪਤਾ ਹੈ ਅੱਜ ਉਹਨੇ ਖੋਲ ਦਿੱਤਾ ਭੇਤ ਇਸ ਲਈ ਕਬੀਰ ਨੇ ਆਪਣੇ ਭਗਤਾਂ ਨੂੰ ਕਿਹਾ ਹਮੇਸ਼ਾ ਮੈਂ ਕਿਹਾ ਉਹਦੀ ਮਰਜ਼ੀ ਮੁਤਾਬਕ ਚੱਲੋ ਜ਼ਿੰਦਗੀ ਦੀ ਵੱਡੀ ਤੋਂ ਵੱਡੀ ਸੱਚਾਈ ਹੈ ਫਰਕ ਦਾ ਡਿੱਗ ਜਾ ਬੁਰੇ ਤੇ ਭਲੇ ਦਾ ਸ਼ੈਤਾਨ ਤੇ ਸੰਤ ਦਾ ਰਾਤ ਤੇ ਦਿਨ ਦਾ ਜ਼ਿੰਦਗੀ ਤੇ ਮੌਤ ਦਾ ਹਨੇਰੀ ਤੇ ਰੋਸ਼ਨੀ ਦਾ ਸਾਰਾ ਭੇਤ ਜਦ ਡਿੱਗ ਜਾਵੇ ਸ਼ੁਭ ਤੇ ਅਸ਼ੁਭ ਦਾ ਤਦ ਕੋਈ ਸਾਧੂ ਹੈ ਅਸੀਂ ਤਾਂ ਉਹਨੂੰ ਸਾਧੂ ਕਹਿੰਦੇ ਆ ਜੋ ਹਨੇਰੇ ਦੇ ਉਲਟ ਰੋਸ਼ਨੀ ਦੇ ਪੱਖ 'ਚ ਹੈ ਅਸੀਂ ਉਹਨੂੰ ਸਾਧੂ ਕਹਿੰਦੇ ਆ ਜੋ ਅਸ਼ੁਭ ਦੇ ਉਲਟ ਸ਼ੁਭ ਦੇ ਪੱਖ 'ਚ ਹੈ ਅਸੀਂ ਉਹਨੂੰ ਸਾਧੂ ਕਹਿੰਦੇ ਆ ਜੋ ਸੰਤ ਹੈ ਸ਼ੈਤਾਨ ਨਹੀਂ ਪਰ ਸਾਡਾ ਸਾਧੂ ਸਾਡੀ ਬੁੱਧੀ ਦੀ ਉਪਜ ਹੈ ਕਬੀਰ ਦਾ ਸਾਧੂ ਨਹੀਂ ਹੈ ਕਬੀਰ ਦਾ ਸਾਧੂ ਹੋਈ ਹੈ ਜਿਹਦੇ ਲਈ ਸਾਰੇ ਭੇਤ ਲੋਪ ਹੋ ਗਏ ਜੋ ਭੇਤ ਵਿੱਚ ਜਿਉਂਦਾ ਹੈ ਜਿਹਦਾ ਦ્વੈਤ ਨਸ਼ਟ ਹੋਇਆ ਜੋ ਅਦ્વੈਤ ਵਿੱਚ ਜਿਉਂਦਾ ਹੈ ਜੋ ਇੱਕ ਨੂੰ ਪਾ ਗਿਆ ਉਸ 'ਚ ਕੌਣ ਹੋਏਗਾ ਸੰਤ ਕੌਣ ਹੋਏਗਾ ਸ਼ੈਤਾਨ ਉਸ ਇੱਕ ਵਿੱਚ ਕੌਣ ਹੋਏਗਾ ਸੱਜਣ ਕੌਣ ਹੋਏਗਾ ਦੁਰਜਨ ਉਸ ਇੱਕ ਵਿੱਚ ਕੀ ਹੋਏਗਾ ਪਾਪ ਕੀ ਹੋਏਗਾ ਪਉ ਸਾਰਾ ਭੇਤ ਮਾਇਆ ਹੈ ਭੇਤ ਸਿਰਫ ਮਾਇਆ ਦਾ ਆਧਾਰ ਹੈ ਤੇ ਜੋ ਭੇਤ ਵਿੱਚ ਡਿੱਗਿਆ ਉਹ ਜਟਿਲ ਹੋ ਜਾਏਗਾ ਜੋ ਭੇਤ ਵਿੱਚ ਰਿਹਾ ਉਹ ਸਾਧੂ ਉਹ ਸਾਦਾ ਉਹ ਸਿੱਧਾ ਉਹ ਕੁਝ ਚੁਣਦਾ ਨਹੀਂ ਆਪਣੀ ਤਰਫ ਤੋਂ ਉਹ ਆਪਣੀ ਮਰਜ਼ੀ ਨੂੰ ਵਿਚਾਲੇ ਨਹੀਂ ਲਿਆਉਂਦਾ ਉਹ ਸਿਰਫ ਵਹਿੰਦਾ ਹੈ ਜਿਵੇਂ ਨਦੀ ਚ ਕੋਈ ਤੈਰੇ ਨਹੀਂ ਵਹੇ ਨਦੀ ਜਿੱਥੇ ਲੈ ਜਾਏ ਉਥੇ ਜਾਣ ਨੂੰ ਰਾਜ਼ੀ ਰਹੇ ਜਿੱਥੇ ਪਹੁੰਚ ਜਾਏ ਉਹੀ ਮੰਜ਼ਿਲ ਨਦੀ ਵਿੱਚ ਘਾਰ ਡੋਬਦਾ ਹੈ ਤਾਂ ਉਹੀ ਕੰਡਾ ਕਬੀਰ बार-बार ਕਹਿੰਦੇ ਆ ਸੁਣੋ ਭਾਈ ਸਾਧੂ ਉਸ ਵੱਲ ਇਸ਼ਾਰਾ ਕਰ ਰਹੇ ਹਨ ਜਿਹੜਾ ਤੁਹਾਡੇ ਅੰਦਰ ਹੈ ਜੋ ਸਿੱਧਾ ਸਾਦਾ ਹੈ ਇਹ ਸਿੱਧੇ ਸਾਦੇ ਨੂੰ ਕਿਵੇਂ ਪਾਉਗੇ ਕਿ ਇਹਨੂੰ ਪਾਣ ਲਈ ਕੋਈ ਜਟਲ ਸਾਧਨਾ ਕਰਨੀ ਪਵੇਗੀ ਯੋਗਾਸਨ ਕਰਨੇ ਪੈਣਗੇ ਸ਼ੀਸ਼ਾਸਨ ਕਰਨਾ ਪਵੇਗਾ ਕੰਡਿਆਮਬਦੀ ਮੰਤਰ ਉਚਾਰਨਾ ਕਰਨੀ ਪਵੇਗੀ ਜੇ ਸਿੱਧੇ ਸਾਦੇ ਨੂੰ ਪਾਣ ਦੇ ਲਈ ਕੁਝ ਵੀ ਕਰਨਾ ਪਵੇ ਤਾਂ ਸਿੱਧਾ ਸਾਦਾ ਨਹੀਂ ਹੈ ਇਹ ਤਾਂ ਸਮਝ ਦੀ ਗੱਲ ਹੈ ਇਹ ਤਾਂ ਸਿਰਫ ਬੋਧ ਹੀ ਹੈ ਇਹ ਸਮਝ ਆ ਜਾਏ ਇੱਕ ਹੀ ਤਾਂ ਸਾਦਗੀ ਪ੍ਰਗਟ ਹੋ ਜਾਂਦੀ ਹੈ ਇਸ ਲਈ ਕਬੀਰ ਸਹਿਜ ਸਮਾਧੀ ਉੱਤੇ ਜ਼ੋਰ ਦਿੰਦੇ ਐ ਸਹਿਜ ਦਾ ਅਰਥ ਹੈ ਜੋ ਮਪਣੀ ਨਾ ਪਵੇ ਸਾਧੂ ਦਾ ਅਰਥ ਹੈ ਜੋ ਸਮਝ ਨਾਲ ਫਲ ਜਾਏ ਜਿਹਦੇ ਲਈ ਕੋਈ ਵੀ ਕੋਸ਼ਿਸ਼ ਕੋਈ ਵੀ ਮਿਹਨਤ ਨਾ ਕਰਨੀ ਪਵੇ ਜਿਵੇਂ ਤੁਸੀਂ ਹੋ ਜਿਹਦਾ ਦਵਾਰ ਉੱਥੇ ਹੀ ਖੁੱਲ ਜਾਏ ਜਿੱਥੇ ਤੁਸੀਂ ਹੋ ਉੱਥੇ ਤੁਹਾਡਾ ਉਸ ਨਾਲ ਮਿਲਾਪ ਹੋ ਜਾਏ ਇੰਚ ਪਰ ਚੱਲਣਾ ਨਾ ਪਾਏ ਚੱਲੇ ਕਿ ਜਟਿਲਤਾ ਹੋ ਜਾਏਗੀ ਜਿਹਨੂੰ ਕੋਸ਼ਿਸ਼ ਨਾਲ ਪਾਇਆ ਜਾਏਗਾ ਉਹ ਸਹਿਜ ਨਹੀਂ ਹੋ ਸਕਦਾ ਸੁਨੋ ਭਾਈ ਸਾਧੋ ਇੱਥੇ ਵੀ ਮੈਂ ਤੁਹਾਡੇ ਅੰਦਰ ਛੁਪੇ ਸਾਧੂ ਨੂੰ ਹੀ ਸੰਬੋਧਨ ਕਰ ਰਿਹਾ ਤੁਹਾਡੇ ਅੰਦਰ ਬੁੱਧੀ ਆਸੂਦ ਆ ਸਾਧੂਤਾ ਦਾ ਤਤ ਹੈ ਹਿਰਦਾ ਸਾਧੂਤਾ ਦਾ ਹਿਰਦਾ ਨਾ ਭਲੇ ਨੂੰ ਜਾਣਦਾ ਨਾ ਬੁਰੇ ਨੂੰ ਹਿਰਦੇ ਦੇ ਕੋਲ ਕੋਈ ਹਿਸਾਬ ਨਹੀਂ ਹਿਰਦੇ ਨੂੰ ਕੱਟਣ ਦੀ ਕਲਾ ਹੁੰਦੀ ਨਹੀਂ ਹਿਰਦਾ ਕੋਈ ਕੈਂਚੀ ਨਹੀਂ ਹੈ ਹਿਰਦੇ ਨੂੰ ਜੋੜਨ ਦੀ ਕਲਾ ਹੁੰਦੀ ਹੈ ਹਿਰਦਾ ਸੂਈ ਧਾਗੇ ਦੇ ਵਾਂਗ ਹੈ ਫਰੀਦ ਨੂੰ ਕਿਸੇ ਨੇ ਇੱਕ ਸੋਨੇ ਦੀ ਕੈਂਚੀ ਭੇਟ ਕੀਤੀ ਫਰੀਦ ਕਬੀਰ ਦੇ ਜ਼ਮਾਨੇ 'ਚ ਸੀ ਫਰੀਦ ਤੇ ਕਬੀਰ ਚ ਮੁਲਾਕਾਤ ਹੋਈ ਸੀ ਤੇ ਬੜੀ ਮਿੱਠੀ ਮੁਲਾਕਾਤ ਹੋਈ ਸੀ ਕਿਉਂਕਿ ਦੋ ਦਿਨ ਦੋਵੇਂ ਨਾਲ ਰਹੇ ਤੇ ਚੁੱਪ ਰਹੇ ਇੱਕ ਲਫ਼ਜ਼ ਨਾ ਇਥੋਂ ਬੋਲਿਆ ਗਿਆ ਨਾ ਉਥੋਂ ਬੋਲਿਆ ਗਿਆ ਦੋਵੇਂ ਗੱਲ ਲੱਗ ਕੇ ਮਿਲੇ ਦੋਵੇਂ ਹੱਸੇ ਦੋਵੇਂ ਨਾਲ-ਨਾਲ ਬੈਠੇ ਸਵਾਗਤ ਕੀਤਾ ਜਾ ਕੇ ਪਿੰਡ ਦੇ ਬਾਹਰ ਕਬੀਰ ਨੇ ਫਰੀਦ ਦਾ ਤੇ ਵਿਦਾ ਕਰ ਆਏ ਪਰ ਦੋ ਦਿਨਾਂ ਚ ਇੱਕ ਲਫ਼ਜ਼ ਦਾ ਪਟਾਂਦਰਾ ਨਹੀਂ ਹੋਇਆ ਜਦ ਸ਼ੀਸ਼ਾ ਨੇ ਪੁੱਛਿਆ ਦੋਹਾਂ ਦਿਆਂ ਨੂੰ ਕਿ ਇਹ ਕੀ ਮਾਮਲਾ ਅਸੀਂ ਥੱਕ ਗਏ ਅੱਕ ਗਏ ਤੇ ਅਸੀਂ ਬੜੀ ਆਸ ਰੱਖਦੇ ਸੀ ਕਿ ਕੁਝ ਹੋਏਗੀ ਗੱਲ ਅਸੀਂ ਵੀ ਸੁਣ ਲਾਂਗੇ ਕੁਝ ਸਾਰ ਮਿਲੇਗਾ ਸਾਰੇ ਦੋ ਦਿਨ ਖਰਾਬ ਹੋ ਫਰੀਦ ਨੇ ਕਿਹਾ ਜੋ ਬੋਲਦਾ ਹੈ ਉਹ ਅਗਿਆਨੀ ਹੈ ਜਿਵੇਂ ਬੋਲਦਾ ਤਾਂ ਮੈਂ ਅਗਿਆਨੀ ਤੇ ਕਬੀਰ ਬੋਲਦੇ ਤਾਂ ਉਹ ਅਗਿਆਨੀ ਕਬੀਰ ਨੇ ਆਪਣੇ ਸ਼ਿਸ਼ਾ ਨੂੰ ਕਿਹਾ ਬੋਲਣ ਨੂੰ ਕੁਝ ਨਹੀਂ ਸੀ ਕਿਉਂਕਿ ਦੋਵੇਂ ਅਸੀਂ ਜਾਣਦੇ ਹਾਂ ਦੋਹਾਂ ਨੇ ਇੱਕ ਨੂੰ ਹੀ ਜਾਣ ਲਿਆ ਕਹਿਣਾ ਕਿ ਨੂੰ ਸੁਣਨੀ ਕਿਸ ਦੀ ਦौराਣਾ ਸ਼ੋਭਦਾ ਹੀ ਨਹੀਂ ਆਕਾਰਨ ਮਿਹਨਤ ਜਿੱਥੇ ਮੈਂ ਆ ਉੱਥੇ ਫਰੀਦ ਐ ਨਾ ਮੈਂ ਹਾਂ ਨਾ ਫਰੀਦ ਐ ਤੁਹਾਡੇ ਲਈ ਅਸੀਂ ਦੋ ਸੀ ਸਾਡੇ ਲਈ ਅਸੀਂ ਇੱਕ ਹਾਂ ਤੁਸੀਂ ਵਾਰਤਾ ਲਾਪ ਚਾਹੁੰਦੇ ਸੀ ਤੇ ਅਸੀਂ ਵਾਰਤਾ ਲਾਪ ਕਰਦੇ ਤਾਂ پاگل ਜਾਪਦੇ ਕਿਉਂਕਿ ਉਹ ਇੱਕ ਲਾਪ ਹੁੰਦਾ ਦੂਜਾ ਸੀ ਨਹੀਂ ਗੱਲ ਕਿਸ ਨਾਲ ਹੁੰਦੀ ਦੋ ਅਗਿਆਨੀ ਮਿਲਣ ਗੱਲ ਹੋ ਸਕਦੀ ਐ ਖੂਬ ਹੁੰਦੀ ਐ ਇੱਕ ਗਿਆਨੀ ਤੇ ਇੱਕ ਅਗਿਆਨੀ ਮਿਲਣ ਤਾਂ ਵੀ ਗੱਲ ਹੋ ਸਕਦੀ ਐ ਸਮਝ ਬਹੁਤ ਆਉਂਦਾ ਐ ਪਰ ਦੋ ਗਿਆਨੀ ਮਿਲਣ ਤਾਂ ਕਹੀ ਗੱਲ ਗੱਲ ਬਿਲਕੁਲ ਨਹੀਂ ਹੁੰਦੀ ਸਭ ਸਮਝ ਆਉਂਦਾ ਸੁਣਿਆ ਇੱਕ ਲਫ਼ਜ਼ ਨਹੀਂ ਜਾਂਦਾ ਸਭ ਸਮਝ ਆਉਂਦਾ ਤੇ ਦੋ ਅਗਿਆਨੀ ਬਵਾ ਚਰਚਾ ਕਰਦੇ ਹਨ ਸੁਣਿਆ ਬਹੁਤ ਜਾਂਦਾ ਰੌਲਾ ਰੱਪਾ ਬਹੁਤ ਮੱਚਦਾ ਹੈ ਸਮਝ ਕੁਝ ਵੀ ਨਹੀਂ ਆਉਂਦਾ ਇੱਕ ਗਿਆਨੀ ਤੇ ਇੱਕ ਅਗਿਆਨੀ ਦੀ ਵੀ ਵਾਰਤਾ ਹੁੰਦੀ ਹੈ ਜੇਕਰ ਅਗਿਆਨੀ ਮੰਨੇ ਤਾਂ ਉਸ ਵਾਰਤਾ ਤੋਂ ਕੁਝ ਫਲ ਮਿਲ ਸਕਦਾ ਹੈ ਜੇਕਰ ਅਗਿਆਨੀ ਕੁਝ ਖੁੱਲਾ ਹੋਵੇ ਜੇਕਰ ਅਗਿਆਨੀ ਚ ਕੁਝ ਹਿਰਦੇ ਚ ਅੰਕੁਰਿਤ ਹੋ ਸਕਦੇ ਹੈ ਫਰੀਦ ਨੂੰ ਕਿਸੇ ਨੇ ਸੋਨੇ ਦੀ ਕੈਂਚੀ ਭੇਟ ਕੀਤੀ ਫਰੀਦ ਨੇ ਕਿਹਾ ਮਾਫ ਕਰੋ ਕੈਂਚੀ ਦਾ ਸੀ ਕੀ ਕਰਾਂਗੇ ਕੱਟਣ ਦਾ ਸੀ ਧੰਦਾ ਕਰਦੇ ਨਹੀਂ ਸਾਡਾ ਧੰਦਾ ਜੋੜਨ ਦਾ ਜੇ ਤੂੰ ਕੁਝ ਦੇ ਸਕਦਾ ਤਾਂ ਇੱਕ ਸੂਈ ਤੋਂ ਧਾਗਾ ਲਿਆ ਸੰਤਾਂ ਦਾ ਧੰਦਾ ਹੀ ਜੋੜਨ ਦਾ ਹਿਰਦੇ ਦਾ ਧੰਦਾ ਜੋੜਨ ਦਾ ਬੁੱਧੀ ਦਾ ਧੰਦਾ ਤੋੜਨ ਦਾ ਪੰਡਤ ਤੋੜਦੇ ਆ ਸੰਤ ਜੋੜਦੇ ਆ ਦੁਨੀਆ ਇੰਨੀ ਟੁੱਟੀ ਐ ਪੰਡਤਾਂ ਦੇ ਕਾਰਨ 300 ਦਰਮਨ ਪੰਡਤਾਂ ਦੇ ਕਾਰਨ ਪੰਡਤ ਫਰਕ ਕੱਢਦਾ ਬਾਰੀਕ ਫਰਕ ਕਰਦਾ ਹੈ ਸੰਤ ਅਪੇਧ ਨੂੰ ਲੱਭਦੇ ਹੈ ਦੋ ਦੇ ਦਰਮਿਆਨ ਜੋ ਜੋੜਨ ਵਾਲਾ ਹੈ ਉਹਨੂੰ ਲੱਭਦੇ ਹੈ ਇਸ ਲਈ ਅਸਲੀ ਵਿਰੋਧ ਸੰਤ ਤੇ ਅਸੰਤ ਵਿਚਾਰ ਨਹੀਂ ਹੈ ਸੰਤ ਤੇ ਪੰਡਤ ਦੇ ਦਰਮਿਆਨ ਹੈ ਸੰਤ ਤੇ ਪੰਡਤ ਵਿਚਕਾਰ ਅਸਲੀ ਵਿਰੋਧ ਹੈ ਤਾਂ